ਮਤਲਬ ਪਤਾ ਲੱਗਿਆ ਕਿਵੇਂ ਨੁਕਸਾਨ ਅੱਗ ਕਿਵੇਂ ਲੱਗੀ ਹੈ ਸਰ ਉਹ ਪੱਲੇ ਪਲਾਰ ਚੋਂ ਅੱਗ ਲਾਈ ਤੇ ਕਿਸੇ ਨੇ ਉਧਰੋਂ ਆਈ ਤੇ ਕਾਬੂ ਕੀ ਦਬਾਇਆ ਗਿਆ ਸਰ ਪਿੰਡ ਦੇ ਸਾਰੇ ਪਿੰਡ ਦੇ ਬੰਦੇ ਸਾਰੇ ਸਾਡੇ ਇਕੱਠੇ ਹੋ ਗਏ ਉਹਨਾਂ ਨੇ ਕਾਬੂ ਕਰਾਇਆ ਜੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਨਹੀਂ ਸਰ ਇੱਕ ਹੁਣ ਤੱਕ ਨਹੀਂ ਆਈ ਜੀ ਨਹੀਂ ਆਈ ਬਾਹਰ ਖੜੀ ਹੈ ਫਾਇਰ ਬ੍ਰਿਗੇਡ ਉਹ ਜੀ ਘੰਟੇ ਬਾਅਦ ਹੁਣ ਕੀ ਫਾਇਦਾ ਸਰ ਜੇ ਟਾਈਮ ਸਿਰ ਆ ਜਾਂਦੀ ਹੈ ਤਾਂ ਸਰ ਬਚਾਓ ਜਣਾ ਸੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਦਰੂਗਾ ਸਿੰਘ ਹੈਗਾ ਕਿਵੇਂ ਅੱਗ ਕਿਵੇਂ ਲੱਗੀ ਹੈ ਜੀ ਪਤਾ ਨਹੀਂ ਇਧਰੋਂ ਆਈ ਲੱਗਦੀ ਅੱਗ ਅੱਛਾ ਤਿੰਨ ਕਨਾਲ ਦਾ ਸੜਕ ਜਾਇਆ ਇੱਥੇ ਠੀਕ ਹੈ ਠੀਕ ਤੂੰ ਬੋਲ ਅੱਗ ਲੱਗਣ ਦਾ ਅਸਲੀ ਕਾਰਨ ਦਾ ਪਤਾ ਨਹੀਂ ਲੱਗਿਆ ਨਹੀਂ मतलब काबू किदा पाया गया काबू पिंड दे कठे हो गए सारे नौजवान आके ते उन्होंने छछने नाल बुझाई को पानी सट्टिया तां काबू किता आसा पासा सारा नहीं तां सारा जल जाना सी हार ਮਤਲਬ ਫਾਇਰ ਬ੍ਰਿਗੇਡ ਆਣ ਤੋਂ ਪਹਿਲਾਂ ਹੀ ਪਹਿਲਾਂ ਹੀ ਹੋ ਗਿਆ ਹਾਂਜੀ ਹਾਂਜੀ ਪਹਿਲਾਂ ਹੀ ਹੋ ਗਿਆ ਜੀ ਜਿਹੜੀ ਹੈ ਜੀ ਨਾਲ ਦਾ ਪਲਾਟ ਹੈ ਕੋਈ ਲਕਸ਼ਮਣ ਬਲਵਿੰਦਰ ਸਿੰਘ ਦਾ ਉਧਰੋਂ ਆ ਕੇ ਚੱਲੀ ਆ ਤਾਂ ਪੂਰੀ ਆ ਕੇ ਫੈਲ ਗਈ ਸਿਰਫ 10-15 ਮਿੰਟ ਚ ਹੋਇਆ ਸਾਰਾ ਕਾਂਡ ਉਹਦੇ ਜਿਹਨੇ ਫੋਨ ਕੀਤਾ ਉਹ ਤਾਂ ਟਾਈਮ ਤੇ ਪਹੁੰਚ ਨਹੀਂ ਸਕੇ ਮੇਰੇ ਪਿੰਡ ਵਾਸੀ ਨੇ ਆਪ ਖੁਦ ਹੋ ਕੇ ਬੜੀ ਹਿੰਮਤ ਮਾਰੀ ਨੌਜਵਾਨਾਂ ਨੇ ਕਿਸੇ ਨੇ ਪਾਣੀ ਸੁੱਟਿਆ ਕਿਸੇ ਨੇ ਬੂਟਿਆਂ ਦੇ ਸੱਤਰੀਆਂ ਬੰਨ ਕੇ ਆਪ ਅੱਗ ਕਾਬੂ ਪਾਇਆ ਕਿਤੇ ਅਸਲੀ ਕਾਰਨ ਦਾ ਨਹੀਂ ਪਤਾ ਲੱਗਿਆ ਅਸਲੀ ਕਾਰਨ ਕੋਈ ਨਹੀਂ ਪਤਾ ਕੀ ਮੰਗੇ ਜੀ ਹੁਣ ਮੰਗ ਜੋ ਹੈ ਸਾਡੇ ਗਰੀਬ ਪਰਿਵਾਰ ਹੈ ਜਿਹੜੇ ਜ਼ਿਮੀਦਾਰ ਸਾਡੇ ਉਹਨਾਂ ਦਾ ਨੁਕਸਾਨ ਤਾਂ ਜ਼ਿਆਦਾ ਹੋ ਗਿਆ ਸਾਡੀ ਸਰਕਾਰ ਕੋ ਇਹੀ ਮੰਗ ਹੈ ਕਿ ਉਹਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਜਿਹੜੀ ਕਿਸਾਨੀ ਹੈ ਕਿਤੇ ਕੁਦਰਤੀ ਆਫਤ ਹੋ ਜਾਂਦੀ ਕਿਤੇ ਇਸ ਤਰ੍ਹਾਂ ਅੱਗ ਲੱਗ ਜਾਂਦੀ ਹੈ ਜੀ ਕਿਸਾਨੀ ਕਿੱਥੇ ਹੈ ਕਿਸਾਨੀ ਕਿ ਜੇ ਫਸਲ ਖਰੀ ਵੀ ਹੋ ਜਾਵੇ ਤਾਂ ਆੜਤ ਪੁਣਾ ਖਾ ਜਾਂਦਾ ਸਾਡੀ ਜਿਹੜੀ ਜ਼ਿਮੀਦਾਰ ਦੀ ਫਸਲ ਹੈ ਉਹ ਤਾਂ ਅੱਧੀ ਉੱਥੇ ਮੁੱਕ ਜਾਂਦੀ ਠੀਕ ਹੈ ਨਾ ਜੀ ਹੁਣ ਕਿਤੇ ਨਾ ਕਿਤੇ ਤੁਹਾਨੂੰ ਆਸ ਹੈ ਕਿ ਮੁਆਵਜ਼ਾ ਮਿਲੇਗਾ ਤੁਹਾਨੂੰ ਆਸ ਤਾਂ ਹੈ ਚਲੋ ਦੇਖਦੇ ਹਾਂ ਗੱਲ ਕਰਕੇ ਅੱਗੇ ਅਸੀਂ ਮਿਲ ਜਾਵੇ ਤਾਂ ਵਧੀਆ ਨਹੀਂ ਤਾਂ ਚਲੋ ਇਹ ਤਾਂ 6 ਮਹੀਨੇ ਫਸਲ ਗਈ ਗਈ ਹੈ ਜਿਹੜੇ ਜਿਨ੍ਹਾਂ ਦੀ ਫਸਲ ਸੜੀ ਹੈ ਕੰਮ ਕੀ ਕਰਦੇ ਨੇ ਉਹ ਕੰਮ ਆਪਣੇ ਬਸ ਖੇਤੀਬਾੜੀ ਦਾ ਹੀ ਹੈ ਥੋੜਾ ਬਹੁਤ ਹੋਰ ਨਾਲ ਕਰ ਲੈਂਦੇ ਜੋ ਮੈਂ ਦਿਹਾੜੀ ਤੇ ਆਪਾਂ ਮਿਲ ਗਏ ਉਹ ਕਰ ਲਿਆ ਨਾਲ ਬਾਕੀ ਹੋਰ ਆਪਣਾ ਕੋਈ ਹੈ ਨਹੀਂ ਇੰਨਾ ਵੱਡਾ ਕੰਮ ਤੇ ਹੁਣ ਇੰਨੀ ਖੇਤੀ ਸੀਗੀ ਫਸਲ ਸਾਰੀ ਸੜ ਗਈ ਹੈ ਫਿਰ ਹੁਣ ਗੁਜ਼ਾਰਾ ਕਿੱਦਾਂ ਕਰੋਗੇ ਜੀ ਗੁਜ਼ਾਰਾ ਹੁਣ ਕਰਨਾ ਹੀ ਪੈਣਾ ਜੀ ਮੁੱਲ ਲੈਣਗੇ ਕੀ ਇੱਥੇ ਅੱਗ ਲੱਗੀ ਹੈ ਨਿੱਕੂ ਨੰਗਲ ਮੌਕੇ ਤੇ ਪਹੁੰਚ ਕੇ ਅਸੀਂ ਅੱਗ ਤੇ ਕਾਬੂ ਤਾਂ ਪਾ ਲਿਆ ਪਰ ਸਾਡੇ ਨਾਲ ਟ੍ਰੈਫਿਕ ਕਰਕੇ ਬਹੁਤ ਜ਼ਿਆਦਾ ਹੀ ਮੁਸ਼ਕਲਾਂ ਦਾ ਸਾਨੂੰ ਉਸ ਕਰਨਾ ਪਿਆ ਉਹ ਟ੍ਰੈਫਿਕ ਕਰਕੇ ਸਾਨੂੰ 20 ਤੇ 25 ਮਿੰਟ ਸਾਡੇ ਉੱਥੇ ਖਰਾਬ ਹੋ ਗਏ ਸੀ ਲਗਭਗ ਜ਼ਿਆਦਾ ਟਾਈਮ ਖਰਾਬ ਹੋ ਗਿਆ ਭਾਜੀ ਲਗਭਗ ਸਰ 3 ਕਿੱਲੇ ਦੇ ਕ੍ਰੋਸ ਸਰ ਮਤਲਬ ਜਿਹੜੇ ਆ ਚੱਲ ਕੇ ਰਾਖ ਹੋ ਗਏ ਜੀ ਬਾਕੀ ਬਾਕੀ ਨੂੰ ਬਚਾ ਲਿਆ ਗਿਆ ਕਿੰਨੀ ਮੁਸ਼ਕਲ ਕਰਨੀ ਪਈ ਤੁਹਾਨੂੰ ਮਿਹਨਤ ਕਰਨੀ ਪਈ ਸ਼ੱਕਰ ਸਰ ਸ਼ੱਕਰ ਤਾਂ ਚੱਲ ਸਰ ਚੱਲਦੀ ਹੈ ਜਿਸ ਟਾਈਮ ਆਟੋ ਜਾਣੇ ਉਸ 'ਤੇ ਬਟ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਇਸ ਮੌਕੇ 'ਤੇ ਮਤਲਬ ਕੋਈ ਵੀ ਬੀੜੀ ਚਲਾ ਕੇ ਨਾ ਸਿੱਟੇ ਪਰ ਅਸ ਜਿੰਨੇ ਹੋ ਸਕੇ ਉਹਨਾਂ ਸੁਰੱਖਿਅਤ ਵੇ ਨਾਲ ਮਤਲਬ